ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ ਤੇ ਅੱਜ ਸਾਡੇ ਨਾਲ ਹਰਟੇਕ ਗਰੁੱਪ ਹੈ, ਨਾਮੀ ਗਰੁੱਪ ਹੈ। ਉਹਨਾਂ ਵੱਲੋਂ ਸਿਮਰਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਜੁੜੇ ਹੋਏ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਸੋਲਰ એનર્ਜੀ ਦੀ। ਸੋਲਰ એનર્ਜੀ ਦੀ ਇਸ ਕਰਕੇ ਵੀ ਗੱਲ ਕਰਨੀ ਪੈਂਦੀ ਹੈ ਕਿਉਂਕਿ ਇਹ ਭਵਿੱਖ ਹੈ ਦੇਸ਼ ਦਾ, ਤੇ ਸਰਕਾਰਾਂ ਨੇ ਜਿਹੜੀਆਂ ਇਸ ਵੱਲ ਧਿਆਨ ਲਗਾਤਾਰ ਦਵਾ ਰਹੀਆਂ ਨੇ। ਤੇ ਹਰਟੇਕ ਗਰੁੱਪ ਦੀ ਇਸ ਕਰਕੇ ਵੀ ਇਸ ਵਿਸ਼ੇ ਤੇ ਗੱਲ ਕਰਨੀ ਇਹਨਾਂ ਦੇ ਨਾਲ ਬਣਦੀ ਹੈ ਕਿਉਂਕਿ ਹਰਿਮੰਦਰ ਸਾਹਿਬ ਚ ਸੋਲਰ ਪਿੱਛੇ ਜੇ ਸੋਲਰ ਪਲਾਂਟ ਜਿਹੜਾ ਲਾਉਣ ਦਾ ਸੁਭਾਗ ਹੈ ਇਸ ਗਰੁੱਪ ਨੂੰ ਪ੍ਰਾਪਤ ਹੋਇਆ ਸੀਗਾ। ਤੇ ਅੱਜ ਹੋਰ ਇਹਨਾਂ ਦੀਆਂ ਪ੍ਰਾਪਤੀਆਂ ਤੇ ਅਸੀਂ ਗੱਲਬਾਤ ਕਰਾਂਗੇ। ਸਿਮਰਪ੍ਰੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਸਵਾਗਤ ਹੈ ਸਿਮਰਪ੍ਰੀਤ ਜੀ ਬਾਬੂਸ਼ਾਹੀ ਜੀ। थैंक यू हर्ष भाजी। थोड़े नाल काफी बार असी डिस्कस किया है। बाबू शाही दे हमेशा जो तो गल करते हैं बहुत लोगों गल अवेयरनेस पहुंचती है, तो थैंक यू। तुसी हमेशा हर टेक नू मौका देने हो, मैनू मौका देने हो सानू अपनी गल रखन दा। जिन्हें भी लोग देखते हैं थोड़ा चैनल, मैं हमेशा देखिया कि जो असी गल करते हैं सोलर एनर्जी बारे, बाकी चीजा बारे, होर अवेयरनेस क्रिएट होंगी है लोगों। सो धन्यवाद तुहानू ते तुहाडे चैनल नू एंड जिन्हें भी लोग तुहानू देख रहे हैं। कोशिश करांगे होर असी अवेयरनेस क्रिएट करिए जो असी काम कर रहे हैं, ते आपां सस्टेनेबिलिटी ते क्लीन एनर्जी वाल सारे मिलके काम कर रहे हैं। जी। अच्छा पहला तो मैनूं तुसीं इह दस्सो भी जिहड़ा इक तुहाडी प्राप्ति है हरटेक दी कि हरटेक सोलर है जिहड़ा उह टॉप 3 रूफटॉप सोलर इंस्टॉलर्स इन इंडिया उहदे विच नाम आया जी। इह किस तरहां दे नाल मुमकिन होया ते इहदे पिछे जिहड़े एफर्ट सीगे तुहाडे उह की सी उह दस्सो। बाई जी, जे तुहानूं याद होगा आपां जनवरी जदों मिले सीगे तुसीं हरटेक टावर्स आए सीगे, उदों साडा आई थिंक 7वें 8वें नंबर ते साडा नाम सीगा टॉप 10 विच। उदों भी सीगे काफी सालां तों असीं टॉप 10 विच। सानूं लोकां ने प्यार दित्ता, साडे कस्टमर, साडे जिन्ने भी पार्टनर्स है पूरे भारत विच। ये साडी गल भी हुई सी उदों ते, कह जी हुण की प्लान है। मैं कह जी हुण देखदे हां जी, टॉप 5 च आने, टॉप 3 च आने, देखदे हां। ते वाहिगुरू ने इन्नी बख्शीश करी कि भी जिहड़ा हुण कैलेंडर ईयर ਦੀ, ਜਦੋਂ ਅਸੀਂ ਪਿਛਲੇ ਸਾਲ ਦੀ ਗੱਲ ਕਰਦੇ ਹਾਂ 2022 ਵਿੱਚ, ਜਿਹੜੀ ਰੈਂਕਿੰਗ ਰਿਸਰਚ ਕੰਪਨੀ ਨੇ ਮਰਕੋਮ ਨੇ ਕੱਢੀ ਹੈ, ਉਹਦੇ ਵਿੱਚ ਸਾਨੂੰ 3ਜੇ ਨੰਬਰ ਤੇ ਸਾਨੂੰ ਉਹਨਾਂ ਨੇ ਨਾਮ ਦਿੱਤਾ ਹੈ ਵੀ ਜਿੰਨਾ ਵੀ ਅਸੀਂ ਰੂਫ ਟੌਪ ਦੇ ਜਿੰਨੀ ਵੀ ਇੰਡਸਟਰੀ ਹੁੰਦੀ ਹੈ, ਕੋਈ ਬਿਲਡਿੰਗ ਹੈ, ਕਿਸੇ ਦੀ ਫੈਕਟਰੀ ਹੈ, ਜਿਨ੍ਹਾਂ ਦੇ ਔਨ ਸਾਈਟ ਸੋਲਰ ਲਾਇਆ, ਉਹਦੇ 'ਚ ਨਾਮ ਆਇਆ। ਤੇ ਬ੍ਰਦਰ, ਇਟ ਇਜ਼ ਆਲਵੇਜ਼ ਬਹੁਤ ਖੁਸ਼ੀ ਹੁੰਦੀ ਹੈ ਜੀ। ਇੰਨੇ ਸਾਲਾਂ ਦੇ ਅਸੀਂ ਲੱਗੇ ਹਾਂ ਗਰੁੱਪ ਨੂੰ, ਤਾਂ ਤੁਹਾਨੂੰ ਪਤਾ ਵੀ ਆਲਮੋਸਟ 32-33 ਸਾਲ ਹੋ ਗਏ ਬਿਲਕੁਲ ਅਸੀਂ ਪਾਵਰ ਸੈਕਟਰ ਵਿੱਚ ਕੰਮ ਕਰ ਰਹੇ ਹਾਂ। ਲੇਕਿਨ ਜੋ ਅਸੀਂ 2014-15 ਤੋਂ ਇੱਕ ਸੋਲਰ 'ਚ ਅਸੀਂ ਪਏ ਸੀ, ਜਦੋਂ ਹਰਟੇਕ ਸੋਲਰ ਅਸੀਂ ਬਣਾਈ, ਤੇ ਇਹੀ ਸੋਚ ਤੇ ਬਣਾਈ ਸੀਗੀ ਵੀ ਆਪਾਂ ਇੱਕ ਇਨਵਾਇਰਮੈਂਟਲੀ, ਆਪਾਂ ਇੱਕ ਇੱਕ ਇਹੋ ਜਿਹੀ ਚੀਜ਼ ਕਰ ਰਹੇ ਵੀ ਜਿਹੜੇ ਇੱਕ ਓਵਰਆਲ ਗਲੋਬਲ ਗੁੱਡ ਲਈ ਆਪਾਂ ਕੰਮ ਕਰ ਰਹੇ ਹਾਂ। ਜੇ ਆਪਾਂ ਦੇਖੀ ਜਾਏ, ਜੋ ਅਸੀਂ ਅੱਜ ਪੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਅੱਜ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ, ਇੱਕ ਸਸਟੇਨੇਬਿਲਿਟੀ ਦੀ ਗੱਲ ਕਰਦੇ ਹਾਂ, ਤੇ ਉਹਨੂੰ ਬੈਨੀਫਿਟ ਸਾਰਾ ਕਰਦਾ ਹੈ। ਸੋ ਜਦੋਂ ਇਹ ਆਈ ਲਿਸਟ ਤੇ ਨੈਚੁਰਲੀ ਥੋੜਾ, ਤੁਹਾਨੂੰ ਪਤਾ ਸੀ, ਥੋੜੇ ਭਾਵੁਕ ਤਾਂ ਹੈ ਹੀ ਹੈ ਤੇ ਥੋੜੇ ਇਮੋਸ਼ਨਲ ਤਾਂ ਹੋ ਹੀ ਗਿਆ, ਬਿਕੋਜ਼ ਇੰਨੀ ਜਰਨੀ, ਇਕੱਲੀ ਅਸੀਂ ਨਹੀਂ, ਇਕੱਲੀ ਮੈਂ ਨਹੀਂ, ਮੇਰੇ ਕਿੰਨੇ ਹੋਰ ਟੀਮ ਮੈਂਬਰ ਜਿਹੜੇ ਮੇਰੇ ਨਾਲ ਆਲਮੋਸਟ 7-8 ਸਾਲ ਤੋਂ ਜੁੜੇ ਹੋਏ ਆ, ਜੋ ਉਹ ਵੀ ਬਿਲਕੁਲ ਯੰਗਸਟਰ ਸੀਗੇ ਜਦੋਂ ਉਹਨਾਂ ਨੇ ਬਿਲੀਵ ਕਰਕੇ ਉਹ ਹਰਟੇਕ ਸੋਲਰ 'ਚ ਬਿਲੀਵ ਕੀਤਾ। ਤੇ ਬ੍ਰਦਰ ਬਹੁਤ ਖੁਸ਼ੀ ਹੁੰਦੀ ਹੈ, ਲੇਕਿਨ ਐਟ ਦ ਸੇਮ ਟਾਈਮ ਸਾਨੂੰ ਹੋਰ ਰਿਸਪੋਨਸਿਬਿਲਿਟੀ ਦਾ ਅਹਿਸਾਸ ਹੁੰਦਾ ਹੈ ਕਿ ਵੀ ਹੁਣ ਅਸੀਂ ਇੱਕ ਟੁਡੇ ਟੌਪ 3 ਨੈਸ਼ਨਲ ਪਲੇਅਰ ਵਿੱਚ ਹੈ। ਕੋਈ ਵੀ ਇੰਡਸਟਰੀ, ਕਿਸੇ ਦੀ ਛੱਤ ਹੈ, ਕੋਈ ਬਿਲਡਿੰਗ ਹੈ, ਕੋਈ ਰੀਅਲ ਇਸਟੇਟ ਹੈ, ਉਹਨੂੰ ਸਾਨੂੰ ਹੋਰ ਅਵੇਅਰਨੈਸ ਕ੍ਰੀਏਟ ਕਰਨ ਦਾ ਮੌਕਾ ਮਿਲਦਾ ਹੈ। ਸੋ ਮੈਨੂੰ ਤਾਂ ਬਸ ਸਾਰਿਆਂ ਨੂੰ, ਮੈਂ ਤਾਂ ਧੰਨਵਾਦ ਹੀ ਕਰਦਾ ਸਾਰੇ ਕਸਟਮਰਸ ਨੂੰ ਕਿ ਸਾਨੂੰ ਆ ਮੁਕਾਮ, ਸੋ ਉਹਨਾਂ ਨੇ ਲੈ ਕੇ ਆਏ। ਜੇ ਉਹ ਨਾ ਹੁੰਦੇ ਤਾਂ ਅਸੀਂ ਨਾ ਪਹੁੰਚਦੇ ਇੱਥੇ। ਐਂਡ ਤੁਹਾਡੇ ਲੋਕਾਂ ਦਾ, ਸਾਰੇ ਮੀਡੀਆ ਦਾ ਪਿਆਰ ਹੈ ਜੀ, ਜੋ ਬਾਰ ਬਾਰ ਸਾਨੂੰ ਮੌਕਾ ਦਿੰਦੇ ਆ ਅਵੇਅਰਨੈਸ ਕ੍ਰੀਏਟ ਕਰਨ ਦੇ, ਆਪਣੀ ਗੱਲ ਰੱਖਣ ਦਾ। ਕੁਛ ਵੀ ਹੈ ਤੇ ਥੋੜਾ ਜਿਹਾ ਹੁਣ ਸਾਨੂੰ ਉਹ ਵੀ ਹੈ, ਕਹਿੰਦੇ ਨਾ ਜੀ ਕਿ ਤੁਸੀਂ ਪਹੁੰਚ ਤਾਂ ਜਾਂਦੇ ਹੋ ਉੱਪਰ ਤੱਕ, ਲੇਕਿਨ ਜ਼ਿੰਮੇਵਾਰੀ ਉਹਨੂੰ ਵੱਧ ਗਈ ਤੁਹਾਡੀ। ਸਸਟੇਨ ਕਰਨਾ ਜ਼ਿਆਦਾ ਮੁਸ਼ਕਿਲ ਹੈ। ਸੋ ਹੁਣ ਸਾਡਾ ਫੋਕਸ ਹੈ ਵੀ ਉਹਨੂੰ ਆਪਾਂ ਸਸਟੇਨ ਕਰੀਏ ਟੌਪ 3 ਟੌਪ 5 ਪੋਜੀਸ਼ਨ ਨੂੰ, ਤੇ ਜੋ ਅਸੀਂ ਜਿਸ ਵਿਜ਼ਨ ਨਾਲ ਕੰਮ ਕਰ ਰਹੇ ਹਾਂ ਉਹੀ ਕੰਮ ਕਰਦੇ ਰਵਾਂਗੇ ਜੀ ਅੱਗੇ। ਅੱਛਾ ਇਹ ਕਿੱਥੇ ਕਿਹੜੇ ਰੂਫਟੌਪ ਸੋਲਰ ਤੁਸੀਂ ਇੰਸਟਾਲ ਕੀਤੇ ਸੀ ਕਿੱਥੇ ਕਿੱਥੇ ਜਿਨ੍ਹਾਂ ਦਾ ਕਰਕੇ ਤੁਹਾਡਾ ਉਹ ਰੈਕਗਨਾਈਜ਼ ਕੀਤਾ ਗਿਆ ਤੇ ਤੁਹਾਡਾ ਇਸ ਟੌਪ 3 ਦੇ ਵਿੱਚ ਨਾਮ ਹੈ। ਬਾਈ ਜੀ, ਸੋ ਅਸੀਂ ਅੱਜ ਹਰੇਕ ਸੋਲਰ ਦੀ ਜੇ ਅਸੀਂ ਗੱਲ ਕਰਦੇ ਹਾਂ, ਤੇ ਤਕਰੀਬਨ ਅਸੀਂ ਪੂਰੇ ਭਾਰਤ 'ਚ ਕੰਮ ਕਰ ਰਹੇ ਹਾਂ। ਪੰਜਾਬ ਦੀ ਬੜੀ ਫੈਕਟਰੀਆਂ ਹੈ, ਪਰ ਪੰਜਾਬ ਜਿਵੇਂ ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਹੋ ਗਿਆ, ਜੀ ਲੁਧਿਆਣੇ ਹੋ ਗਿਆ, ਜਿੰਨੇ ਵੀ ਇੰਡਸਟਰੀਅਲ ਟਾਊਨਸ ਹੈ, ਹਰਿਆਣਾ, ਹਿਮਾਚਲ, ਰਾਜਸਥਾਨ, ਗੁਜਰਾਤ, ਆਂਧਰਾ, ਮਹਾਰਾਸ਼ਟਰ, ਜਿੰਨੀ ਵੀ ਅਕ੍ਰੋਸ ਇੰਡੀਆ ਅਸੀਂ
कुछ तकरीबन 18 तो 20 स्टेटां काम कर रहे हैं पूरे भारत में। हेडक्वार्टर साडा मोहाली च है, ते ये सारिया नू मिला के मेजोरिटी तां फैक्ट्रियां सी लोगों दी, भी लार्ज जिहड़ी फैक्ट्रियां होंदियां जे बाद लोड हुंदा, शेड लगे हुंदे उहनां दे, स्टील, टेक्सटाइल, फार्मा, FMCG, एक असी बीका जी करके तुसी भुजिया खाने हैं, बिल्कुल बीका जी बिल्कुल हल्दीराम, जी जी उन्हों का भी उन्हें रिसेंटली बीकानेर विच काफी बड़ा प्रोजेक्ट उन्होंने छत पे लाया। पिछे जी असी पंजाब च एवन साइकल्स का तुसी नाम सुनया होना जी, बड़ा बिल्कुल मशहूर बिल्कुल ग्रुप है जी जी एवन साइकल्स दे, सानू पावर जी ने मौका दिता उन्होंने छत पे सोलर लाने का, सो एवन ग्रुप नु असी पिछे जी लाया। ते होर ऐसी बहुत वधिया घर पूर होर इंडस्ट्रीज हैगी, कमर्शियल बिल्डिंग्स है, असी GNDC च पिछले जे लाया जी पिछले साल, गुरु नानक ठीक देव है इंजीनियरिंग कॉलेज विच, उत्थे 500 किलोवाट सीगा। सो एवं इसी प्रकार दी जी बहुत इंडस्ट्रियां सीगियां, ते स्टील फैक्ट्रियां, लीडिंग इंडस्ट्रीज, उन्हां दे असी प्रोजेक्ट्स लाए, उन्हां दी असी कार्बन इमिशंस ते काम कीता, उन्हां दी सस्टेनेबिलिटी ते काम करिया, ते ओहदे ये सारा क्यूमुलेटिव एफर्ट है कि ये जो हुण असी इत्थे पहुंचे हैं। ठीक है ठीक है। अच्छा एक ये भी दसो, जरा ये रूफटॉप सोलर की गल कर रहे थे, जो फ्लोटिंग सोलर प्रोजेक्ट ने वो भी एक बड़ा यूनिक आइडिया हैगा, तो अजकल किसी वेले इमेजिन नहीं किया जा सकता सी, पर अजकल मुमकिन हो रहा, तो थोड़े ग्रुप ने भी इस चीज़ को मुमकिन किया। तो भी जो 22 मेगावाट फ्लोटिंग सोलर प्रोजेक्ट जरा लाने की प्राप्ति है, वो बारे भी सानू दसो भी वो किस तरह के नाल उसते सारा काम कर किया। भाई जी मैनू ना खुशी इस गल की हो रही है, आप जनवरी जो असी आप 2 मेगावाट की गल की सी, ते जी जी मार्च में असी 22 मेगावाट भाखड़ा नंगल डैम पे करे, ते अई आप 6 6 महीने बाद गल करते रहोंगे, तो मैनू बड़ी खुशी होंगी है, मैनू याद आती पुरानी गल कि असी वो करे सीगा। भाई जी थोड़े सारे व्यूअर्स नू मैं पहला थोड़ा जा 2 मिनट पहला समझा दिना भी बिल्कुल किथे बिल्कुल किथे सोलर लग रहा है, ये पानी ते सोलर किवें लग रहा है, ये यूनिक क्यों है, ये पूरे भारत का सब तो यूनिक प्रोजेक्ट क्यों है, मैं पहला थोड़ा जा 2 मिनट पहला समझा दिना। जे आपां देखिए 10 साल पुरानी जे आपां देखिए, सोलर पहला लगना स्टार्ट हुआ सी छता लैंड पे, भी बैरन जी लैंड जे आपां कोई बिल्कुल कहिए उते लैंड ते लग्या, 2009 10 तो भी लैंड ते लग रहे हैं, 2012 13 ते जमीन ते जिवें लगदा रहा लैंड, कोई 5 मेगावाट 10 मेगावाट वधदा रहा, फिर राजस्थान एरिया च बहुत लग्या जिथे भी नॉन खेता फर्टाइल च बहुत लैंड लगे होंदी उथे सी। सोलर लग्या। हाँ जी, ते उस तो बाद 2012 13 ते कॉन्सेप्ट आया भी आप छत ते भी ला सकते, क्योंकि लैंड तो लिमिटेड ही है ना, हुण जी तुसी जी हर लैंड तो कन्वर्ट नहीं करके तुसी उत्थे कर सकते, तो हर एक लैंड नॉन फर्टाइल लैंड तो होंगी नहीं है, भी जी उत्थे जी खेतीबाड़ी भी होंगी है कुछ है, ते जी वो असी करते रहे। फिर 2012 13 सानू बहुत वड्डी अपॉर्चुनिटी दिखी है भी छत है, हुण छत भी वेली है, भी एक तरीके नाल जे देखिया जाए भी कोई बिल्डिंग की छत है, छत फ्री होंगी है एक तरीके नाल, सो असी ओहदे ते R&D करन लग गए भी क्या असी छत ते सोलर ला सकते हैं। फिर 2013 14 च असी रूफ टॉप ते लाने लग गए, इन्हों थोड़ा टाइम लग गया पिकअप होने, तो 2017 18 में बिल्कुल पिकअप होया, एक्सेप्टेंस आई, असी अवेयरनेस क्रिएट करती, ते 2019 बीच ना ब्रदर असी और R&D करने लग गए, हुण छत भी लिमिट है, तुसी बिल्कुल लैंड नू बिल्कुल यूटिलाइज कर लिया, तुसी छतां ते ला रहे, फिर असी थोड़ी R&D स्टार्ट की करनी भी क्या इनू असी होर किथे किथे ला सकते हैं। ते तुसी जदों लुधियाने जाने रस्ते च उधर नहर च लग्या नहीं होया एक सोलर, उन्हों पर रूफटॉप, उन्हों कनाल बेस कहने हैं, भी कोई कनाल है पानी का, वाटर कनाल है, उधर ते एलिवेटेड लग गया सोलर, तो एलिवेटेड मैंने बिल्कुल लग गया भी अपना इसी लाइन ते होर के में कुछ कर सकते हैं। ते साउथ एशिया च ना बड़े वियतनाम, थाईलैंड, सिंगापुर, इस इतने बड़े फ्लोटिंग लगे हुए हैं प्रोजेक्ट्स, फ्लोटिंग सोलर का ओके मतलब है भी तुसी पानी ते फ्लोट करोगे सोलर पैनल्स उधर ते। फिर 2020 च असी थोड़ी जी होर जिवें कीड़ा जग गया भी चलो होर रिसर्च करिए, तो रिसर्च करके पता लग गया भी ये भी बहुत बड़ी इंडस्ट्री है, क्योंकि तुसी देखो कोई अगर रिजर्वॉयर है या कोई पॉन्ड है जिसे ज्यादा एक्वा लाइफ नहीं है नीचे, राइट, ज्यादा एक्वा लाइफ नहीं इंपैक्ट हो रही है, ते उदे ते एक तो एवेपोरेशन बच रही है, एवेपोरेशन भी नहीं हो रही, तो जिहड़ा साइकिल है और ये वाटर साइकिल है वो भी बचा रहे हैं, नाले सोलर भी लग रहे हैं। तो फिर असी 2020 थोड़ा बहुत ये स्टडी करे, तो 2021 भी स्टडी करा था, 2022 च चंडीगढ़ एडमिनिस्ट्रेशन का प्रोजेक्ट आया, चंडीगढ़ रिन्यूएबल की कंपनी क्रेस्ट करके है, उन्हों का असी 2 मेगावाट का फ्लोटिंग सोलर इतने वाटर वर्क्स है चंडीगढ़ में, उत्थे 39 सेक्टर में वाटर वर्क्स है, उन्होंने 2 पॉन्ड्स से असी सोलर लाया, तो वो तुहानू दसना चाहूंगा प्रेजिडेंट ऑफ इंडिया ने फाउंडेशन स्टोन मैडम ने ले किया सीगा, ते असी रिकॉर्ड टाइम च 50 60 दिन च उन्होंने कमीशन करके December 2022 उन्होंने असी प्रोजेक्ट नु स्टार्ट करिया, ते कमीशन किया उस प्रोजेक्ट नु, ते उस तो बाद वैसे होर सानू आ गया कि होर की कर सकते हैं। ते मार्च 2023 विच असी भाखड़ा नंगल डैम ते
ਭਾਖੜਾ ਨੰਗਲ ਡੈਮ ਤੇ ਨੰਗਲ ਵਿੱਚ ਅਸੀਂ ਪ੍ਰੋਜੈਕਟ ਜਿੱਤੇ ਹਾਂ ਜਿੱਥੇ 22 ਮੈਗਾਵਾਟ, 2 ਮੈਗਾਵਾਟ ਨਹੀਂ 22 ਮੈਗਾਵਾਟ ਦਾ ਫਲੋਟਿੰਗ ਸੋਲਰ ਲੱਗ ਰਿਹਾ। ਤੇ ਇਹ ਮੈਂ ਤੁਹਾਨੂੰ ਦੱਸਾਂ ਹੁਣ ਯੂਨੀਕ ਕਿਉਂ ਆ। ਇੱਕ ਤਾਂ ਭਾਖੜਾ ਨੰਗਲ ਡੈਮ ਹੈ ਏਸ਼ੀਆ ਦਾ ਸਭ ਤੋਂ ਆਈਕੋਨਿਕ ਹਾਈਡਰੋ ਪਲਾਂਟ ਹੈ। ਜੀ 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 ਦੂਜੀ ਗੱਲ ਹਰਸ਼ ਜੀ, ਜੇ ਆਪਾਂ ਡੈਮ ਨੂੰ ਦੇਖੀਏ, ਡੈਮ ਨੂੰ ਆਪਾਂ ਜੀ ਵਿਜੁਅਲਾਈਜ਼ ਕਰੀਏ, ਡੈਮ ਕੀ ਹੁੰਦਾ ਕਿ ਇੱਕ ਤਾਂ ਇਹ ਇੱਥੇ ਜੇ ਇਹ ਡੈਮ, ਠੀਕ ਹੈ ਜੀ, ਇੱਥੇ ਜਿਹੜਾ ਪਾਣੀ ਹੈ, ਜਿਹੜਾ ਰਿਜ਼ਰਵੋਅਰ ਹੈ, ਜਿਹੜਾ ਬਿਲਕੁਲ ਸਟਿਲ ਜੀ ਵਾਟਰ, ਉਹ ਜੀ ਸਟਿਲ ਵਾਟਰ ਹੈ। ਡੈਮ ਦਾ ਕੀ ਹੁੰਦਾ ਹੈ, ਉਹ ਵਾਟਰ ਦੀ ਜਿਹੜੀ ਪੋਟੈਂਸ਼ੀਅਲ એનર્ਜੀ ਨੂੰ ਕਾਈਨੈਟਿਕ એનર્ਜੀ ਚ ਕਨਵਰਟ ਕਰਕੇ ਬਿਜਲੀ ਪੈਦਾ ਕਰਦਾ। ਰਾਈਟ, ਬੇਸਿਕ ਜਿਹੜਾ ਲਾਅ ਹੈ ਕਿ ਜਦੋਂ ਫਲੋ ਕਰਦਾ ਉਹਦੀ ਕਾਈਨੈਟਿਕ એનર્ਜੀ ਆਉਂਦੀ ਹੈ, ਉਹਦੇ ਨਾਲ ਟਰਬਾਈਨ ਤੇ ਗਿਰਦਾ ਪਾਣੀ ਬਣਦਾ। ਤੇ ਜਿਹੜਾ ਉਹਦਾ ਇਸ ਪਾਸੇ ਪਾਣੀ ਹੈ ਜਿਹਨੂੰ ਆਪਾਂ ਅਪਸਟ੍ਰੀਮ ਕਹਿੰਦੇ ਹਾਂ, ਉਹ ਤਾਂ ਸਟਿਲ ਹਾਂਜੀ ਵਾਟਰ ਹੋਊਗਾ ਨਾ। ਜਦੋਂ ਡੈਮ ਤੇ ਰਿਲੀਜ਼ ਹੋਊਗਾ ਤੇ ਡਾਊਨਸਟ੍ਰੀਮ ਚ ਜਾਊਗਾ, ਤੇ ਡਾਊਨਸਟ੍ਰੀਮ ਤਾਂ ਪੂਰਾ ਫਲੋ ਨਾਲ ਜਾਊਗਾ ਪੂਰੇ ਇੰਡੀਆ ਚ। ਪੂਰੇ ਇੰਡੀਆ ਜਿੰਨੇ ਵੀ ਡੈਮ ਚ, ਜਿਵੇਂ ਹੁਣ ਵਰਲਡ ਦਾ ਲਾਰਜੈਸਟ ਫਲੋਟਿੰਗ ਸੋਲਰ ਲੱਗ ਰਿਹਾ ਓਂਕਾਰੇਸ਼ਵਰ ਵਿੱਚ ਮੱਧ ਪ੍ਰਦੇਸ਼, ਅੱਛਾ ਠੀਕ ਹੈ ਉਹ ਜੀ ਪ੍ਰੋਜੈਕਟ ਲੱਗ ਰਿਹਾ ਅਪਸਟ੍ਰੀਮ ਵਿੱਚ, ਮਤਲਬ ਉਹਦੇ ਡੈਮ ਦੇ ਇਸ ਪਾਸੇ ਦੇ ਸਟਿਲ ਵਾਟਰ। ਅਸੀਂ ਜਿਹੜਾ ਪ੍ਰੋਜੈਕਟ ਲਾਉਣ ਜਾ ਰਹੇ ਹਾਂ ਉਹ ਡਾਊਨਸਟ੍ਰੀਮ ਪ੍ਰੋਜੈਕਟ ਹੈ, ਅੱਛਾ ਮਤਲਬ ਕਿ ਪਾਣੀ ਦੇ ਅੰਦਰ ਸੋਲਰ ਉੱਥੇ ਪਾਣੀ ਫਲੋ ਆਊਗਾ, ਵਾਟਰ ਫਲੋ ਆਊਗਾ। ਤੇ ਇਹ ਮੇਰੇ ਹਿਸਾਬ ਨਾਲ, ਤੇ ਆਈ ਥਿੰਕ ਹੁਣ ਹੋਰ ਕੁਝ ਮਹੀਨਿਆਂ 'ਚ ਕਨਫਰਮੇਸ਼ਨ ਸਾਨੂੰ ਆ ਜਾਊਗੀ, ਇਹ ਇੰਡੀਆ ਦਾ ਪਹਿਲਾ ਪ੍ਰੋਜੈਕਟ ਹੈ ਅੱਛਾ ਕਿ ਫਲੋਇੰਗ ਵਾਟਰ 'ਚ ਲੱਗ ਰਿਹਾ, ਡਾਊਨਸਟ੍ਰੀਮ ਡਾਊਨਸਟ੍ਰੀਮ 'ਚ ਲੱਗ ਰਿਹਾ ਕਿ ਪਾਣੀ ਦੇ ਫਲੋ 'ਚ। ਉਹਦੇ ਤੁਸੀਂ ਸਮਝ ਗਏ ਹੋਵੋਗੇ ਵੀ ਉਹਦੇ 'ਚ ਇੰਨਾ ਜ਼ਿਆਦਾ ਕੰਪਲੈਕਸ ਇੰਜੀਨੀਅਰਿੰਗ ਇਸ ਲਈ ਬਿਲਕੁਲ ਹੈ ਬਿਲਕੁਲ ਕਿਉਂਕਿ ਬਿਲਕੁਲ ਤੁਹਾਡਾ ਫਲੋ ਕਰ ਰਿਹਾ ਤਾਂ ਸੋਲਰ ਹਿਲ ਵੀ ਰਿਹਾ ਨਾ, ਹਿਲ ਵੀ ਆਹਿਸਤਾ ਰਿਹਾ ਆਹਿਸਤਾ ਹਿਲ ਵੀ ਰਿਹਾ, ਬਿਲਕੁਲ ਫਲੋਟਰ ਬਿਲਕੁਲ ਹਿਲ ਰਹੇ, ਸੋਲਰ ਪੈਨਲ ਹਿਲ ਰਹੇ। ਸੋ ਇਹ ਅਸੀਂ ਇਹੋ ਜਿਹੇ ਪੰਗੇ ਲਈ ਜਾਂਦੇ ਹਾਂ ਜੀ, ਸਾਡੀ ਕੰਪਨੀ, ਅਸੀਂ ਸਾਰੇ ਇਹੋ ਜਿਹੇ ਪੰਗੇ ਲੈ ਰਹੇ ਹਾਂ ਕਿਉਂਕਿ ਜਦ ਇਹੋ ਜਿਹੀ ਚੀਜ਼ ਕਰਾਂਗੇ ਤਾਂ ਹੀ ਫਿਰ ਇੱਕ ਮਾਈਲਸਟੋਨ ਬਣਾ ਪਾਓ, ਤਾਂ ਹੀ ਇੱਕ ਅਸੀਂ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਗਲੋਬਲ ਲੈਵਲ ਤੇ ਜਾ ਕੇ ਅਸੀਂ ਕਹਿ ਸਕਦੇ ਹਾਂ ਹਾਂਜੀ ਅਸੀਂ ਆਹ ਕੰਮ ਕਰਿਆ। ਸੋ ਇਹ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਵੀ ਆਹ ਪ੍ਰੋਜੈਕਟ ਹੈ, ਤੇ ਫਲੋਟਿੰਗ ਵਿੱਚ ਮੈਨੂੰ ਬਹੁਤ ਸਕੋਪ ਦਿਖਦਾ ਜੀ, ਫਲੋਟਿੰਗ ਸੋਲਰ ਵਿੱਚ। ਇੱਕ ਇਹ ਨੂੰ ਆਪਾਂ ਵੀ ਯੂਟੀਲਾਈਜ਼ ਕਰ ਸਕਦੇ ਹਾਂ ਤੇ ਬਿਜਲੀ ਪੈਦਾ ਕਰ ਸਕਦੇ ਹਾਂ। ਅੱਛਾ, ਇਹ ਵੀ ਦੱਸੋ ਵੀ ਇਹ ਫਰਕ ਕਿੰਨਾ ਕਿਆ, ਜਿਵੇਂ ਇੱਕ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਜਿਹੜੇ ਨਾਰਮਲ ਲੱਗਦੇ ਸੀਗੇ ਜ਼ਮੀਨ ਤੇ ਲੱਗਦੇ ਸੀਗੇ ਜਾਂ ਜਿਹੜੇ ਰੂਫ ਟੌਪ ਤੇ ਲੱਗਦੇ ਸੀਗੇ, ਉਹਨਾਂ ਦੇ ਨਾਲੋਂ ਜਿਹੜੇ ਆਪਾਂ ਫਲੋਟਿੰਗ ਦੀ ਆਪਾਂ ਗੱਲ ਕਰੀਏ ਜਾਂ ਜਿਹੜੀ ਜੋ ਤੁਸੀਂ ਹੁਣ ਕਰ ਰਹੇ ਹੋ, ਉਹ ਐਫੀਸ਼ੀਐਂਸੀ ਦਾ ਕਿੰਨਾ ਕੁ ਫਰਕ ਹੈ ਤੇ ਕਪੈਸਿਟੀ ਜਿਹੜੀ ਹੁੰਦੀ ਆ ਬਣਾਉਣ ਦੀ, ਪਾਵਰ ਜਨਰੇਟ ਕਰਨ ਦੀ, ਉਹਦੇ 'ਚ ਕਿੰਨਾ ਕੁ ਫਰਕ ਹੈਗਾ, ਇਹ ਸਮਝਾਓ। ਹਾਂਜੀ, ਸੋ ਬਾਈ ਜੀ ਜਿਹੜਾ ਦੋ ਭਾਗ ਨੇ, ਇੱਕ ਤਾਂ ਹੋ ਗਿਆ ਉਹਦੀ ਕੋਸਟ ਐਂਗਲ ਆਫ ਇਟ, ਹੈ ਨਾ ਜੀ। ਦੇਖੋ ਕੋਸਟ ਤਾਂ ਥੋੜੀ ਮਹਿੰਗਾ ਹੀ ਹੈ ਜੇ ਆਪਾਂ ਫਲੋਟਿੰਗ ਦੀ ਗੱਲ ਕਰੇ, ਬਿਕੋਜ਼ ਉਹਦੇ ਫਲੋਟਰ ਦੇ ਤੁਹਾਡੇ ਖਰਚੇ ਆ ਗਏ, ਸਾਰੀ ਚੀਜ਼ਾਂ ਐਂਕਰਿੰਗ ਮੋਰਿੰਗ ਆ ਗਈ, ਉਹ ਖਰਚੇ ਤਾਂ ਹੈ ਹੀ ਹੈ ਜਿਹੜਾ ਫਲੋਟਰ ਪਾਰਟ ਆਫ 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 ਜਿਹੜਾ ਹੈਗਾ ਉਹਦੇ ਵਿੱਚ। ਤਾਂ ਤੁਸੀਂ ਲਾ ਲਓ ਕਿ ਆਲਮੋਸਟ ਮਤਲਬ 1.5 ਟਾਈਮਸ ਦਾ ਸਿੱਧਾ ਸਿੱਧਾ ਫਰਕ ਹੈ, 1.5 ਟਾਈਮਸ ਟੂ 2 ਟਾਈਮਸ ਦਾ ਫਰਕ ਤਾਂ ਹੈ, ਬਿਕੋਜ਼ ਫਲੋਟਰ ਨਵੀਂ ਟੈਕਨੋਲੋਜੀ ਆ ਰਹੀ ਹੈ, ਉਹ ਨਵੀਂ ਤੁਸੀਂ ਲਾ ਕੇ ਕਰ ਬਿਲਕੁਲ ਰਹੇ ਹੋ। ਇਹਦੇ ਜਿਹੜੀ ਚੀਜ਼ ਕੋਸਟ ਐਂਗਲ ਤੋਂ ਜਿਹੜੀ ਜ਼ਿਆਦਾ ਦੇਖਣੀ ਹੈ ਕਿ ਤੁਹਾਡੇ ਕੋਲ ਜੋ ਅਸੀਂ ਫਲੋਟਿੰਗ ਸੋਲਰ ਵਿੱਚ ਜਾ ਰਹੇ ਹਾਂ ਕਿ ਤੁਹਾਡੇ ਕੋਲ ਇੱਕ ਵਾਟਰ ਬੋਡੀ ਪਈ ਹੈ, ਤੁਹਾਡੇ ਕੋਲ ਇੱਕ ਜਗ੍ਹਾ ਪਈ ਹੈ। ਬੇਸਿਕਲੀ ਜੇ ਦੇਖਿਆ ਜਾਏ ਜਿਹੜੀ ਇਨੋਵੇਸ਼ਨ ਹੋ ਰਹੀ ਹੈ ਉਹ ਜਗ੍ਹਾ ਤੇ ਹੋ ਰਹੀ ਹੈ ਕਿ ਲੈਂਡ ਤੁਸੀਂ ਯੂਟੀਲਾਈਜ਼ ਕਰ ਰਹੇ ਹੋ, ਛੱਤ ਤੁਸੀਂ ਯੂਟੀਲਾਈਜ਼ ਕਰ ਲਈ, ਕੈਨ ਯੂ ਯੂਟੀਲਾਈਜ਼ ਵਾਟਰ, ਕੈਨ ਯੂ ਮਤਲਬ ਜੇ ਤੁਸੀਂ ਪਾਣੀ ਨੂੰ ਯੂਟੀਲਾਈਜ਼ ਕਰਕੇ ਉੱਥੇ ਪਾਵਰ ਪਲਾਂਟ ਲਾ ਲਿਆ ਤੁਸੀਂ ਇੱਕ ਤਰੀਕੇ ਨਾਲ। ਸੋ ਜਿਹੜੀ ਇਨੋਵੇਸ਼ਨ ਹੈ, ਇਨੋਵੇਸ਼ਨ ਕੋਸਟ ਡੈਫੀਨਿਟਲੀ ਜੀ ਥੋੜਾ ਜ਼ਿਆਦਾ ਮਹਿੰਗਾ ਹੈ ਹੀ ਹੈ ਬਿਲਕੁਲ ਜੇ ਤੁਸੀਂ ਬਿਲਕੁਲ ਅੱਜ ਛੱਤ ਤੇ ਲਾਉਂਦੇ ਹੋ ਜਾਂ ਲੈਂਡ ਤੇ ਤੁਸੀਂ ਲਾਉਂਦੇ ਹੋ, ਲੇਕਿਨ ਤੁਸੀਂ ਦੇਖੋ ਨਾ ਇੱਕ ਵਾਟਰ ਦਾ ਸਟਿਲ ਵਾਟਰ ਹੈ, ਉੱਥੇ ਤੁਸੀਂ ਲਗਾ ਕੇ ਤੁਸੀਂ ਜਗ੍ਹਾ ਨੂੰ ਯੂਟੀਲਾਈਜ਼ ਕਰ ਰਹੇ ਹੋ, ਤੇ ਤੁਸੀਂ ਇੱਕ ਇੱਕ ਜਗ੍ਹਾ ਜਿੱਥੇ ਤੁਸੀਂ ਸੋਚਿਆ ਨਹੀਂ ਹੋਗਾ ਇੱਥੇ ਪਾਵਰ ਪਲਾਂਟ ਲਾ ਸਕਦੇ ਹੋ ਸੋਲਰ ਦਾ, ਉੱਥੇ ਤੁਸੀਂ ਸੋਲਰ ਪਾਵਰ ਪਲਾਂਟ ਲਾ ਰਹੇ ਹੋ। ਦੂਜਾ ਤੁਹਾਡਾ ਜਿਹੜਾ ਕੁਐਸਚਨ ਹੈ ਜੀ ਉਹ ਹੋ ਗਿਆ ਐਫੀਸ਼ੀਐਂਸੀ ਦਾ, ਐਫੀਸ਼ੀਐਂਸੀ ਜੀ ਆਲਮੋਸਟ ਸਿਮਿਲਰ ਹੈ, ਤੇ ਇਹ ਤੁਸੀਂ ਜਾਣ ਕੇ ਵੀ ਤੁਸੀਂ ਬਿਲਕੁਲ ਉਹ ਹੋਵੋਗੇ ਯੂਨੀਕ ਹੈ, ਕਿਉਂਕਿ ਅਸੀਂ ਜਿਹੜੇ ਸੋਲਰ ਪੈਨਲ ਵੀ ਯੂਜ਼ ਕਰ ਰਹੇ ਹੋ ਬਾਇਫੇਸ਼ੀਅਲ ਯੂਜ਼ ਕਰ ਰਹੇ ਹਾਂ, ਬਾਇਫੇਸ਼ੀਅਲ ਦਾ ਮਤਲਬ ਹੋਇਆ ਕਿ ਵੀ ਉਹਦੇ ਨੀਚੇ ਵੀ ਜਨਰੇਸ਼ਨ ਕਰੋਗੇ, ਸੋ ਅਸੀਂ ਥੋੜਾ ਅੱਛਾ ਟਿਲਟ ਐਂਗਲ ਤੇ ਲੱਗ ਰਹੇ ਹਾਂ ਕਿ ਉਹ ਹਾਂ ਦੋਨੋਂ ਪਾਸੇ ਕਰਨਗੇ ਕਿ ਐਫੀਸ਼ੀਐਂਸੀ ਵੀ ਹੈ। ਬਟ ਹਾਂ, ਜੇ ਤੁਸੀਂ ਕੰਪੇਅਰ ਕਰੋਗੇ ਰਾਜਸਥਾਨ ਦੇ ਏਰੀਆ 'ਚ ਜਾਂ ਜਿੱਥੇ ਸਨੀ ਡੇਜ਼ ਬਹੁਤ ਜ਼ਿਆਦਾ ਹੈ, ਜਿੱਥੇ ਬਿਲਕੁਲ ਅਬੰਡੈਂਟ ਸਨਲਾਈਟ ਹੈ, ਆਫਕੋਰਸ ਨੈਚੁਰਲੀ ਮਤਲਬ ਉੱਥੇ ਤਾਂ ਵੱਧ ਹੋਣਗੇ ਜਨਰੇਟ, ਬਟ ਆਲਮੋਸਟ ਐਟ ਪਾਰ ਅਸੀਂ ਲੈ ਕੇ ਆ ਰਹੇ ਹਾਂ ਏਰੀ ਜਨਰੇਸ਼ਨ ਨੂੰ, ਤਾਂ ਕਿ ਇੱਕ ਜਗ੍ਹਾ ਨੂੰ ਜਿਹੜੀ ਯੂਟੀਲਾਈਜ਼ ਹੀ ਨਹੀਂ ਅਸੀਂ ਕਦੀ ਕੀਤੀ ਹੋਗੀ, ਕਿਸੇ ਨੇ ਸੋਚਿਆ ਨਹੀਂ ਹੋਗਾ ਵੀ ਅਸੀਂ ਇੱਥੇ ਲਾ ਸਕਦੇ ਹਾਂ, ਉਹ ਜਗ੍ਹਾ ਨੂੰ ਯੂਟੀਲਾਈਜ਼ ਕਰਕੇ ਅਸੀਂ ਇੱਕ ਸੋਲਰ ਉੱਥੇ ਲਾ ਰਹੇ ਹਾਂ। ਅੱਛਾ ਸਿਮਰਪ੍ਰੀਤ ਜੀ, ਇੱਕ ਜਿਵੇਂ ਤੁਸੀਂ ਹੁਣ ਲਗਾਤਾਰ ਐਕਸਪੈਂਡ ਕਰਦੇ ਜਾ ਰਹੇ ਹੋ, ਤੇ ਜਿਹੜਾ ਇਹਦੇ ਵਿੱਚ ਕਸਟਮਰ ਸੈਟੀਸਫੈਕਸ਼ਨ ਬੜੀ ਇੰਪੋਰਟੈਂਟ ਹੁੰਦੀ ਹੈ, ਉਸ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਤੁਸੀਂ ਜਿਹੜੀ ਕੁਆਲਿਟੀ ਦਿੰਦੇ ਹੋਵੋਗੇ, ਕਿਉਂਕਿ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਇਸ ਫੀਲਡ ਚ ਲੱਗੀਆਂ ਹੋਈਆਂ ਨੇ, ਪਰ ਤੁਸੀਂ ਕੁਆਲਿਟੀ ਜਿਹੜੀ ਮੇਨਟੇਨ ਕੀਤੀ ਹੋਈ ਹੈ ਉਹ ਕਿਵੇਂ ਕਰਦੇ ਹੋ, ਉਹਦੇ ਲਈ ਤੁਸੀਂ ਐਕਸਟਰਾ ਐਫਰਟਸ ਕੀ ਲਾਉਂਦੇ?
ਤੁਸੀਂ ਅੱਜ ਕਿਸੇ ਦੇ ਘਰੇ ਪਾਵਰ ਪਲਾਂਟ ਲਾ ਰਹੇ ਹੋ, ਤੁਸੀਂ ਕਿਸੇ ਦੀ ਫੈਕਟਰੀ ਦੇ ਪਾਵਰ ਪਲਾਂਟ ਲਾ ਰਹੇ ਹੋ, ਠੀਕ ਹੈ। ਜੀ ਉਹ ਜੀ ਪਾਵਰ ਪਲਾਂਟ ਨੇ ਪਾਵਰ ਨੂੰ ਪ੍ਰੋਡਿਊਸ ਕਰਨੀ ਹੈ। ਇਹਦਾ ਤਾਂ ਜਿਹਨੂੰ ਕਹਿੰਦੇ ਨਾ ਜੀ, ਇਹ ਦੁੱਧ ਦਾ ਦੁੱਧ, ਪਾਣੀ ਦਾ ਮਹੀਨੇ 'ਚ ਹੀ ਹੋ ਜਾਂਦਾ। ਬਿਲਕੁਲ ਕਈ ਬਿਲਕੁਲ ਪ੍ਰੋਡਕਟ ਹਾਂ ਕਹਿੰਦੇ ਆਪਾਂ 10 ਸਾਲ ਬਾਅਦ ਪਤਾ ਲੱਗੂਗਾ, 2 ਸਾਲ। ਇਹ ਤਾਂ ਜੀ ਤੁਸੀਂ ਕਹਿੰਦੇ ਹੋ ਜੀ ਅੱਜ 1 ਕਿਲੋਵਾਟ ਨੇ 4 ਯੂਨਿਟ ਬਿਜਲੀ ਦੇਣੀ ਹੈ, ਲੈਟਸ ਸੇ ਤੁਸੀਂ ਕਮਿਟ ਕਰਦੇ ਹੋ, ਜਾਂ ਬਿਲਕੁਲ 1 ਮੈਗਾਵਾਟ ਨੇ ਲੈਟਸ ਸੇ ਸਾਲ ਦੀ 12 ਲੱਖ ਯੂਨਿਟ, 13 ਲੱਖ ਯੂਨਿਟ ਬਣਾਉਣੇ ਹੈ, ਲੈਟਸ ਸੇ ਐਗਜ਼ਾਮਪਲ ਦੇ ਤੌਰ ਤੇ। ਤੇ ਜੇ ਉਹ ਨਹੀਂ ਬਣਦੇ ਪਹਿਲੇ ਮਹੀਨੇ ਜਾਂ ਦੂਜੇ ਮਹੀਨੇ 'ਚ, ਉਹ ਪਹਿਲੇ ਹੀ ਪਤਾ ਲੱਗ ਜਾਂਦਾ। ਇਹ ਪ੍ਰੋਜੈਕਟ ਦੇ ਜੀ ਮੈਨੂੰ ਲੋਕ ਲੋਕ ਪੁੱਛਦੇ ਜੀ ਕੰਪੀਟੀਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ, ਮੈਨੂੰ ਇਹ ਲੱਗਦਾ, ਮੈਨੂੰ ਕੰਪੀਟੀਸ਼ਨ ਮਹਿਸੂਸ ਨਹੀਂ ਹੁੰਦਾ। ਉਹਦਾ ਕਾਰਨ ਕੀ ਅੱਛਾ ਹੈ ਕਿ ਅੱਜ ਜਿੰਨੇ ਵੀ ਪ੍ਰੋਜੈਕਟ, ਕੋਈ ਵੀ ਵੱਡੀ, ਹੁਣ A1 ਸਾਈਕਲ ਦਾ ਅਸੀਂ ਐਗਜ਼ਾਮਪਲ ਲਿੱਤਾ, ਰੈਡ, ਇੰਨੀ ਵੱਡੀ ਸਾਈਕਲ ਦੀ ਕੰਪਨੀ, ਇੰਨੀ ਲੈਜੈਂਡਰੀ ਕੰਪਨੀ ਹੈ, ਬਿਲਕੁਲ ਜਾਂ ਬਿਲਕੁਲ ਬੀਕਾ ਜੀ ਦੀ ਅਸੀਂ ਬੁਜੀਆ ਦੀ ਗੱਲ ਕਰੀਏ, ਇਹ ਨਾਮੀ ਲੈਜੈਂਡਰੀ ਕੰਪਨੀ ਹੈ, ਕੰਪਨੀ ਰੈਡ, ਹਾਂਜੀ, ਹਾਂਜੀ ਇਹਨਾਂ ਨੂੰ ਨਾ ਪੈਸੇ ਦੀ ਕਮੀ ਹੈ, ਨਾ ਇਹਨਾਂ ਕੋਲ ਲੋਕਾਂ ਦੀ ਕਮੀ ਹੈ। ਬਿਲਕੁਲ ਹੁਣ ਤੁਸੀਂ ਦੇਖੋ ਇਹਦੇ ਵਿੱਚ ਸਾਡਾ ਜਿਹੜਾ ਪੁਆਇੰਟ ਆਫ ਡਿਫਰੈਂਸ ਕੀ ਆਉਂਦਾ, ਅਸੀਂ ਦੋ ਹੀ ਗੱਲਾਂ ਤੇ ਸਾਡੀ ਪਿੱਚ ਜਾਂਦੀ ਹੈ। ਅਸੀਂ ਕਿਸੇ ਨੂੰ ਚਲੋ ਕੀ ਕਹੀਏ, ਕੋਈ ਮਾੜਾ ਹੈ ਚੰਗਾ, ਉਹ ਤਾਂ ਚਲੋ ਉਹਨਾਂ ਦੀ ਆਪਣੀ ਜਰਨੀ, ਅਸੀਂ ਦੋ ਹੀ ਕੰਮ ਕਹਿੰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਵੀ ਟ੍ਰਾਈਡ ਐਂਡ ਟੈਸਟਡ ਸਾਡੇ ਪਲਾਂਟ ਲੱਗੇ ਹੋਏ ਪੂਰੇ ਇੰਡੀਆ 'ਚ, 2013-14 ਦੇ ਅਸੀਂ ਕੰਮ ਕਰ ਰਹੇ ਹਾਂ, ਰਾਈਟ। ਆਲਮੋਸਟ ਹੁਣ ਸਾਡੇ 10 ਸਾਲ ਹੋ ਗਏ ਕਿ ਪਲਾਂਟ ਚੱਲ ਰਹੇ ਆ। ਇੱਕ ਤਾਂ ਸਾਨੂੰ ਅਸ਼ੋਰਡ ਆਰਡਰ, ਰਿਪੀਟ ਆਰਡਰਸ ਹੀ ਬਹੁਤ ਮਿਲਦੇ ਰਹਿੰਦੇ, ਬਿਕੋਜ਼ ਅਸੀਂ ਇੱਕ ਪਲਾਂਟ ਤੇ ਲਾਇਆ ਕਿਸੇ ਦੇ, ਉਹਨੂੰ ਜੇ ਜਨਰੇਸ਼ਨ ਮਿਲ ਗਈ, ਉਹ ਆ ਜਾਊਗਾ ਨਾ ਤੁਹਾਡੇ ਕੋਲ ਵਾਪਿਸ। ਬਿਲਕੁਲ ਇਹ ਬਿਲਕੁਲ ਸਾਰੀ ਗੇਮ ਪਰਫਾਰਮੈਂਸ ਦੀ ਹੈ, ਕਿਉਂਕਿ ਤੁਸੀਂ ਪਾਵਰ ਪਲਾਂਟ ਲਾ ਰਹੇ ਹੋ, ਤੁਸੀਂ ਕੋਈ, ਤੁਸੀਂ ਹੋਰ ਕੁਝ ਨਹੀਂ ਵੇਚ ਰਹੇ, ਤੁਸੀਂ ਪਾਵਰ ਪਲਾਂਟ ਵੇਚ ਰਹੇ ਹੋ। ਜੇ ਉਹਨੂੰ ਬਿਜਲੀ ਨਹੀਂ ਮਿਲਦੀ, ਬਿਕੋਜ਼ ਜੇ ਤੁਸੀਂ ਕਹੇ 12 ਲੱਖ ਯੂਨਿਟ ਤੁਸੀਂ ਬਣਾ ਕੇ ਦਵੋਗੇ ਸਾਲ ਦੇ, 13 ਲੱਖ ਯੂਨਿਟ ਬਣਾ ਕੇ ਦਵੋਗੇ ਸਾਲ ਦੇ, ਜੇ ਉਹਨੂੰ ਬਣੇ 10 ਲੱਖ ਯੂਨਿਟ, ਉਹਨੇ ਤਾਂ ਯਾਰ, ਉਹਨੇ ਤਾਂ 8 8 8 ਰੁਪਏ ਜਾਂ 9 ਰੁਪਏ ਨਾਲ ਮਲਟੀਪਲਾਈ ਕਰਕੇ ਦੇਖਣਾ ਉਹਨਾਂ, ਦੇਖਣਾ ਜੀ 12 ਲੱਖ ਯੂਨਿਟ ਮੈਨੂੰ ਕਰੋੜ ਰੁਪਏ ਬਣਾਉਂਦਾ ਸੀਗਾ, ਇਹ ਹਾਂਜੀ 10 ਲੱਖ ਯੂਨਿਟ ਮੈਨੂੰ ਬਿਲਕੁਲ 85 ਜਾਂ 90 ਲੱਖ, 10 ਲੱਖ ਦਾ ਨੁਕਸਾਨ ਹੋ ਗਿਆ, ਸਿੱਧੀ ਗੱਲ ਹੈ। ਬਿਲਕੁਲ ਉਹਨੇ ਤੁਹਾਡੇ ਬਿਲਕੁਲ ਤੋਂ ਲਵਾਉਣਾ ਹੀ ਨਹੀਂ ਪ੍ਰੋਜੈਕਟ, ਸਿੰਪਲ ਥੰਬ ਰੂਲ ਹੈ ਜੀ। ਸੋ ਪਹਿਲੀ ਗੇਮ ਤੇ ਜੀ ਅਸੀਂ, ਸਾਡਾ ਜਿਹੜਾ ਪਰਫਾਰਮੈਂਸ ਹੈ, ਸਾਨੂੰ ਜਿੰਨੇ ਵੀ ਕੰਮ ਮਿਲ ਰਹੇ ਆ ਉਹ ਸਾਡੇ ਪਰਫਾਰਮੈਂਸ ਤੇ ਮਿਲ ਰਿਹਾ, ਕਿਉਂਕਿ ਸਾਡੇ ਇੰਨੇ ਇੰਨੇ ਹਾਈ ਟੈਕਨੋਲੋਜੀ ਨੇ, ਹਾਈ ਪ੍ਰੋਡਕਟ, ਹਾਈ ਐਫੀਸ਼ੀਐਂਸੀ ਦੇ ਅਸੀਂ ਸੋਲਰ ਪੈਨਲਸ, ਇਨਵਰਟਰਸ ਲਾ ਰਹੇ ਹਾਂ, ਕਿ ਜਿਹੜਾ ਲੋਕਲ ਬੰਦਾ ਇੱਕ ਤਾਂ ਕੰਪੀਟ ਨਹੀਂ ਕਰ ਪਾਉਂਦਾ, ਪਹਿਲੀ ਗੱਲ। ਦੂਜੀ ਗੱਲ ਵੀ ਇਹਦੇ ਵਿੱਚ ਇੱਕ ਇਹ ਸਮਝਣ ਵਾਲੀ ਗੱਲ ਹੈ ਕਿ ਅਗੇਨ ਪਾਵਰ ਪਲਾਂਟ ਲਾਇਆ, ਹੁਣ ਕੋਈ ਪਾਵਰ ਪਲਾਂਟ ਦਿੱਕਤ ਹੋ ਸਕਦੀ, ਕੋਈ ਇਨਵਰਟਰ ਟ੍ਰਿਪ ਹੋ ਗਿਆ ਜਾਂ ਕੋਈ ਬਿਜਲੀ ਦੀ ਚੀਜ਼ ਹੈ ਕੋਈ ਹੋ ਗਿਆ, ਗੇਮ ਸਾਰੀ ਸਰਵਿਸ ਦੀ ਹੈ, ਵੀ ਜੇ ਕੋਈ ਚੀਜ਼ ਬੰਦ ਹੋ ਗਈ ਤੁਹਾਡੀ ਸਰਵਿਸ ਦਾ ਜਿਹੜਾ ਟਰਨ ਅਰਾਊਂਡ ਟਾਈਮ ਕਿੰਨੀ ਕਿੰਨੀ ਜਲਦੀ ਹੈ। ਅਸੀਂ ਵੀਰ ਜੀ ਇੰਨਾ ਸਾਡਾ ਕਲੀਅਰ ਹੈ ਵੀ ਕੋਈ ਅੱਜ ਕੋਈ ਫਾਲਟ ਅਕ੍ਰੋਸ ਇੰਡੀਆ ਆਉਂਦਾ, ਸਾਡੀ ਕੋਸ਼ਿਸ਼ ਰਹਿੰਦੀ ਹੈ ਉਹ 48 ਘੰਟੇ ਤੋਂ ਪਹਿਲਾਂ ਪਹਿਲਾਂ ਨੂੰ ਐਡਰੈਸ ਕਰਕੇ ਸੌਰਟ ਆਊਟ ਹੀ ਕੀਤਾ ਜਾਏ। ਠੀਕ ਸੋ ਹੈ ਜੇ ਤੁਸੀਂ ਉਹ ਸੌਰਟ ਆਊਟ ਕਰਤਾ, ਤੁਹਾਡਾ ਅਗੇਨ ਜਿਹੜਾ ਤੁਹਾਡਾ ਜਨਰੇਸ਼ਨ ਟਾਈਮ ਹੈ, ਤੁਹਾਡਾ ਜਿਹੜਾ ਹਿਟ ਰਨ ਹੈ, ਜਿਹਨੂੰ ਵੀ ਆਪਾਂ ਹਿਟ ਟਾਈਮ ਕਹਿੰਦੇ ਹਈਏ ਜਾਂ ਲੌਸ ਟਾਈਮ ਕਹਿੰਦੇ, ਉਹ ਘਟ ਗਿਆ। ਐਂਡ ਤੀਜੀ ਮੋਸਟ ਇੰਪੋਰਟੈਂਟ ਜਿਹੜੀ, ਮੈਂ ਪਰਸਨਲੀ ਆਪਣੀ ਟੀਮ ਨੂੰ ਲੈ ਕੇ ਬਹੁਤ ਪ੍ਰਾਊਡ ਹੈ, ਸਾਡਾ ਜਿਹੜਾ ਡਿਜ਼ਾਈਨ ਹੈ, ਇਹ ਵੀਰ ਜੀ ਸਾਰੀ ਡਿਜ਼ਾਈਨ ਡਿਜ਼ਾਈਨ ਦਾ ਚਮਤਕਾਰ ਹੈ, ਵੀ ਤੁਸੀਂ ਬਿਲਕੁਲ ਕੀ ਡਿਜ਼ਾਈਨ ਬਣਾਉਂਦੇ, ਇਹੋ ਜਿਹਾ ਬਿਲਕੁਲ ਕੀ ਡਿਜ਼ਾਈਨ ਬਣਾਉਂਦੇ ਹੋ ਛੱਤ ਤੇ ਜਾਂ ਲੈਂਡ ਤੇ ਜਾਂ ਪਾਣੀ ਤੇ, ਕਿ ਉਹ ਮੈਕਸਿਮਮ ਬਿਜਲੀ ਪ੍ਰੋਡਿਊਸ ਕਰੇ। ਤੇ ਠੀਕ ਅੱਜ ਹੈ ਉਹੀ ਗੱਲ ਹੋ ਜਾਂਦੀ ਹੈ ਵੀ ਜਿੰਨਾ ਤੁਸੀਂ ਐਕਸਪੀਰੀਅੰਸ ਕਰਦੇ ਰਹੋ, ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਸਾਰੇ ਸਿੱਖਦੇ ਹੈ। ਬਟ ਉਹੀ ਪੁਆਇੰਟ ਹੋ ਗਿਆ ਨਾ ਹਰਸ਼ ਜੀ, ਜਿਹੜਾ ਬੰਦਾ 2019 ਚ ਪਿਆ ਉਹ 3 ਸਾਲ ਉਹਨੇ ਸਿੱਖਿਆ, ਜਿਹੜਾ ਬੰਦਾ 2021 ਚ ਪਿਆ ਉਹਨੇ ਹਲੇ ਸਾਲ 2 ਸਾਲ ਦਾ ਐਕਸਪੀਰੀਅੰਸ ਹੈ, ਜਿਹੜਾ ਬੰਦਾ 2013 ਤੋਂ ਕਰ ਰਿਹਾ ਉਹ ਲਰਨ ਕਰਦੇ 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 ਇੱਕ ਲੈਵਲ ਤੇ ਆ ਜਾਂਦਾ, ਜਿਵੇਂ ਮੈਂ ਇਹ ਨਹੀਂ ਕਹੂੰਗਾ ਹਰ ਤਰੀਕੇ ਦੀ ਪ੍ਰੋਬਲਮਸ ਦੇਖ ਲਈਆਂ, ਬਿਕੋਜ਼ ਇੰਨੀ ਡਾਇਨਾਮਿਕ ਇਨੋਵੇਟਿਵ ਫੀਲਡ ਹੈ, ਲੇਕਿਨ ਆਲਮੋਸਟ 90-95% ਜਿਹੜੀਆਂ ਪ੍ਰੋਬਲਮ ਆ ਸਕਦੀਆਂ ਇੱਕ ਪਲਾਂਟ ਤੇ, ਉਹ ਅਸੀਂ ਦੇਖ ਚੁੱਕੇ ਹਾਂ, ਤਾਂ ਸਾਨੂੰ ਠੀਕ ਪਤਾ ਉਹ ਪ੍ਰੋਬਲਮ ਨੂੰ ਰਿਐਕਟ ਕਿਵੇਂ ਕਰਨਾ। ਸੋ ਆਈ ਥਿੰਕ ਆਹ 3 ਤਰੀਕੇ ਹੈ, ਤਿੰਨ ਤਿੰਨ ਰੀਜ਼ਨਸ ਹੈ ਮੈਨੂੰ ਲੱਗਦਾ ਕਿ ਲੋਕ ਸਾਡੇ ਕੋਲ ਬਾਰ ਬਾਰ ਹਟੇਕ ਕੋਲ ਆ ਰਹੇ ਹਾਂ, ਹਟੇਕ ਸੋਲਰ ਨੂੰ ਕੰਸਿਡਰ ਕਰ ਰਹੇ ਹਾਂ, ਤੇ ਇਹਨਾਂ ਦੀ ਵਜ੍ਹਾ ਤੋਂ ਹੀ ਅਸੀਂ ਆ ਟੌਪ 3 'ਚ ਪਹੁੰਚੇ ਹਾਂ ਇੰਡੀਆ ਵਿੱਚ। ਜੀ। ਅੱਛਾ ਹੁਣ ਵਿਜ਼ਨ ਤੁਹਾਡਾ ਕੀ ਹੈਗਾ, ਜਿਹੜਾ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਹੋਰ ਤੁਸੀਂ ਕੀ ਕਰਨਾ ਚਾਹੁੰਦੇ ਹੋ, ਫਿਊਚਰ ਪਲਾਨਸ ਕੀ ਨੇ, ਉਹਨਾਂ ਬਾਰੇ ਵੀ ਸਾਨੂੰ ਦੱਸੋ। ਜੀ ਫਿਊਚਰ ਫਿਊਚਰ 2012-13 ਚ ਵੀ ਕਦੀ ਸੋਚਿਆ ਨਹੀਂ ਸੀ ਇੱਥੇ ਪਹੁੰਚਾਂਗੇ ਜੀ, ਜਦੋਂ ਹਟੇਕ ਸੋਲਰ ਅਸੀਂ ਬਣਾਈ ਸੀਗੀ, ਕਦੀ ਸੋਚਿਆ ਹੀ ਨਹੀਂ ਸੀਗਾ ਪਾਵਰ ਬਿਜ਼ਨਸ ਵਿੱਚ ਅਸੀਂ ਕੰਮ ਕਰ ਹੀ ਰਹੇ ਸੀਗੇ ਇੰਨੇ ਸਾਲਾਂ ਤੋਂ। ਬਿਲਕੁਲ ਵੀਰ ਜੀ ਮੈਨੂੰ ਲੱਗਦਾ ਹੈ, ਲਾਸਟ ਟਾਈਮ ਮੈਂ ਤੁਹਾਨੂੰ ਗੱਲ ਆਪਣੇ ਸ਼ੇਅਰ ਕੀਤੀ ਸੀ, ਮੈਨੂੰ ਲੱਗਦਾ ਜਿਹੜਾ ਭਾਰਤ ਹੈ, ਇੰਡੀਆ ਬਹੁਤ ਕਮਾਲ ਦੇ ਟਾਈਮ ਤੋਂ ਜਾ ਰਿਹਾ। ਅੱਜ ਅਸੀਂ $3.5 ਟ੍ਰਿਲੀਅਨ GDP ਚ ਬੈਠੇ ਹਾਂ ਮੋਟਾ ਮੋਟੀ, ਜੇ ਆਪਾਂ 2023 ਦੀ ਗੱਲ ਕਰੀਏ, $3.5 ਟ੍ਰਿਲੀਅਨ ਦੀ $5 ਟ੍ਰਿਲੀਅਨ ਦਾ ਇੱਕ ਟਾਰਗੇਟ ਬਣ ਰਿਹਾ। ਲੋਕ ਕਹਿੰਦੇ ਵੀ 2047 ਜਦੋਂ ਸਾਡੇ 100 ਸਾਲ ਹੈ ਆਜ਼ਾਦੀ ਦੇ, ਲੋਕ ਕਹਿੰਦੇ ਵੀ $40 ਟ੍ਰਿਲੀਅਨ ਦੀ ਇਕਾਨਮੀ ਹੋਊਗੀ, $30 ਟ੍ਰਿਲੀਅਨ ਦੀ ਹੋਊਗੀ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਮੈਂ ਵੀ ਫੁੱਲ ਬਿਲੀਵ ਕਰਦਾ ਵੀ ਭਾਰਤ ਦਾ ਟਾਈਮ ਹੈ, ਇੰਡੀਆ ਦਾ ਟਾਈਮ ਹੈ, ਕਿ ਵੀ ਜੇ ਅਸੀਂ 8-9
ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਪੂਰੇ ਦੁਨੀਆ 'ਚ ਲੋਕ ਅੱਜ ਕੈਨੇਡਾ US ਜਾਈ ਜਾਂਦੇ ਆ, ਮੈਨੂੰ ਨਹੀਂ ਸਮਝ ਆਉਂਦਾ ਕਿਉਂ ਜਾਂਦੇ ਆ, ਬਿਕੋਜ਼ ਸਾਰੀ ਗਰੋਥ ਇੰਡੀਆ 'ਚ ਹੈ। ਕਈ जी ਲੋਕ ਬਾਹਰ ਵਾਪਿਸ ਵੀ ਆ ਰਹੇ ਆ, ਕੈਨੇਡਾ ਛੱਡ ਕੇ, आ रहे US हैं ਛੱਡ ਕੇ, UK ਛੱਡ ਕੇ ਵਾਪਿਸ ਵੀ ਆ ਰਹੇ ਆ। ਸੋ ਪਹਿਲੀ ਗੱਲ ਤਾਂ ਜੀ ਮੈਨੂੰ ਲੱਗਦਾ ਜੀ ਇੰਡੀਆ ਜੋ ਵੀ ਕੰਮ ਕਰੀਏ ਇੰਡੀਆ 'ਚ ਕਰੀਏ, ਕਿਉਂਕਿ ਓਪਰਚੁਨਿਟੀ ਬਹੁਤ ਵੱਡੀ ਹੈ। ਜਿੱਥੋਂ ਤੱਕ ਸਾਡੀ ਇੰਡਸਟਰੀ ਦੀ ਗੱਲ ਕਰੀਏ, ਵੀਰ ਜੀ ਤੁਸੀਂ ਤਾਂ ਇੰਨੇ ਐਕਸਪੀਰੀਅੰਸ ਨੂੰ ਜਰਨਲਿਜ਼ਮ ਹੋ, ਤੁਸੀਂ ਇੰਨੇ ਲੋਕਾਂ ਨਾਲ ਵਿਚਰਦੇ ਹੋ, ਤੁਸੀਂ ਵੀਰ ਜੀ ਇੱਕ ਚੀਜ਼ ਨੋਟ ਕਰੋ, ਪੂਰੇ ਪੂਰੇ ਦੁਨੀਆ 'ਚ, ਪੂਰੇ ਦੁਨੀਆ 'ਚ ਵਰਲਡ ਲੀਡਰਸ ਨੂੰ ਜੇ ਆਪਾਂ ਦੇਖੀਏ, ਸਿਰਫ ਤਿੰਨ 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 ਚੀਜ਼ਾਂ ਦੀ ਗੱਲਾਂ ਹੁੰਦੀਆਂ ਪੂਰੇ ਦੁਨੀਆ 'ਚ। ਜਾਂ ਤਾਂ AI ਦੀ ਗੱਲ ਹੋ ਰਹੀ ਹੈ, AI, जी ਚੈਟ GPT, ਟੈਕਨੋਲੋਜੀ ਇਹਦੀ ਗੱਲ ਹੋ ਰਹੀ ਹੈ, ਜਾਂ ਸਸਟੇਨੇਬਿਲਿਟੀ ਦੀ ਗੱਲ ਹੋ ਰਹੀ ਹੈ, ਸੋਲਰ, ਕਲਾਈਮੇਟ ਚੇਂਜ, ਡੀਕਾਰਬਨਾਈਜੇਸ਼ਨ, ਕਲਾਈਮੇਟ ਨੂੰ ਕਿਵੇਂ ਬਚਾਇਆ ਜਾਏ, EV, ਇਹ ਸਾਰੀਆਂ ਗੱਲਾਂ ਹੋ ਰਹੀਆਂ, ਇਲੈਕਟ੍ਰਿਕ ਵਹੀਕਲ। ਤੀਜੀ ਗੱਲ ਹੋ ਰਹੀ ਹੈ ਬਾਇਓਟੈਕਨੋਲੋਜੀ ਦੀ, ਕਿ ਕੋਵਿਡ ਤੋਂ ਬਾਅਦ ਲੋਕਾਂ ਨੂੰ ਹੋ ਗਿਆ ਕਿ ਆਪਾਂ ਵੈਕਸੀਨ ਕਿਵੇਂ ਵਧਾਈਏ, ਲੌਂਜੀਵਿਟੀ ਕਿਵੇਂ ਵਧਾਈਏ। ਤੁਸੀਂ ਵੀਰ ਜੀ ਮੈਨੂੰ ਦੱਸੋ ਚੌਥੀ ਚੀਜ਼ ਬਾਰੇ ਗੱਲ ਕਿੱਥੇ ਹੋ ਰਹੀ ਹੈ? ਤੁਸੀਂ ਵਰਲਡ ਇਕਨੋਮਿਕ ਫੋਰਮ ਲੈ ਲਓ, ਤੁਸੀਂ ਡੈਵੋਸ ਲੈ ਲਓ, ਤੁਸੀਂ G20 ਲੈ ਲਓ, ਸਾਡੇ ਪ੍ਰਧਾਨ ਮੰਤਰੀ ਉੱਥੇ ਗਏ ਸੀ US, ਤੁਸੀਂ ਦੇਖ ਲਓ ਗੱਲਾਂ ਹੀ ਇਹ ਹੋਈਆਂ ਜੀ। ਪੂਰੇ ਦੁਨੀਆ ਵਿੱਚ ਬਿਜ਼ਨਸ ਦੇ ਫੀਲਡ ਵਿੱਚ, ਟੈਕਨੋਲੋਜੀ ਦੀ ਫੀਲਡ ਵਿੱਚ ਆ ਤਿੰਨ ਚੀਜ਼ਾਂ ਤੋਂ ਇਲਾਵਾ ਗੱਲ ਨਹੀਂ ਹੋ ਰਹੀ ਕਿਤੇ ਵੀ। ਨਹੀਂ ਹੋਣੀ ਸੋ ਮੈਨੂੰ ਲੱਗਦਾ ਵੀ ਜਿਹੜੇ ਅਸੀਂ ਰਾਹ ਤੇ ਚੱਲੇ ਹਾਂ, ਸਸਟੇਨੇਬਿਲਿਟੀ ਦੇ ਰਾਹ ਤੇ ਚੱਲੇ ਹਾਂ, ਕਲੀਨ ਐਨਰਜੀ ਦੇ ਰਾਹ ਚੱਲ ਰਹੇ, ਇਹੀ ਵਿਜ਼ਨ ਹੈ ਜੀ, ਇਹੀ ਵਿਜ਼ਨ ਹੈ। ਨੈਕਸਟ ਮੈਨੂੰ ਲੱਗਦਾ ਨੈਕਸਟ 100 ਸਾਲ ਆ ਵਿਜ਼ਨ ਹੈ ਜੀ। ਇੰਡੀਆ ਦਾ ਟਾਰਗੇਟ ਹੈ ਜੀ ਨੈਟ ਜ਼ੀਰੋ ਕਰਨਾ 2070 ਤੱਕ। ਮਤਲਬ 2070 ਤੱਕ ਤਾਂ ਕੰਮ ਹੀ ਹੁੰਦਾ ਰਹਿਣਾ ਸਾਡੇ ਫੀਲਡ ਵਿੱਚ। ਹਰ ਬੰਦਾ ਅੱਛਾ ਕਲਾਈਮੇਟ ਬਚਾਉਣਾ ਚਾਹੁੰਦਾ, ਹਰ ਬੰਦਾ ਨੈਟ ਜ਼ੀਰੋ ਤੇ ਕੰਮ ਕਰਨਾ ਚਾਹੁੰਦਾ। ਤੇ ਸਪੈਸੀਫਿਕਲੀ ਜੇ ਹਰੇਕ ਦੀ ਜੇ ਮੈਂ ਗੱਲ ਕਰੀਏ, ਮੈਨੂੰ ਲੱਗਦਾ ਅਸੀਂ ਪਾਵਰ ਫੀਲਡ 'ਚ ਹੀ ਰਵਾਂਗੇ ਜੀ ਨੈਕਸਟ 25 ਸਾਲ। ਮੈਨੂੰ ਬਹੁਤ ਸਕੋਪ ਦਿਖਦਾ ਹੈ। ਕੋਈ ਵੀ ਇੰਡਸਟਰੀ, ਕੋਈ ਵੀ ਬਿਲਡਿੰਗ, ਕੋਈ ਵੀ ਕਮਰਸ਼ੀਅਲ ਬਿਲਡਿੰਗ ਨੂੰ ਜੇ ਕੋਈ ਇਲੈਕਟ੍ਰੀਕਲ ਦਾ ਸਮਾਨ ਚਾਹੀਦਾ ਹੈ, ਕੋਈ ਪਾਵਰ ਦੀ ਨੀਡ ਹੈ, ਅਸੀਂ ਲਾ ਕੇ ਦੇਵਾਂਗੇ। ਭਾਵੇਂ ਸਬਸਟੇਸ਼ਨ ਹੈ, ਇਲੈਕਟ੍ਰੀਕਲ ਪੈਨਲ ਹੈ, ਜੇ ਉਹਨੂੰ ਛੱਤ ਤੇ ਸੋਲਰ ਲਾਉਣਾ ਅਸੀਂ ਲਾ ਕੇ ਦੇਵਾਂਗੇ। ਸੋ ਬਿਲਕੁਲ ਮੈਨੂੰ ਲੱਗਦਾ ਇਹਦੇ 'ਚ ਬਹੁਤ ਸਕੋਪ ਹੈ। ਇੱਕ ਫੀਲਡ ਜਿਹੜੀ ਮੈਂ ਸ਼ੇਅਰ ਕਰਨਾ ਚਾਹਾਂਗਾ, ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਰੈਵੋਲੂਸ਼ਨ ਲੈ ਕੇ ਆਊਗੀ, ਉਹ ਹੈ ਗ੍ਰੀਨ ਹਾਈਡਰੋਜਨ। ਗ੍ਰੀਨ ਹਾਈਡਰੋਜਨ ਬਾਰੇ ਬੜੀ ਗੱਲਾਂ ਹੋ ਰਹੀਆਂ, ਫਿਊਲ ਸੈਲ ਬਾਰੇ ਗੱਲ ਹੋ ਰਹੀ ਹੈ, ਜੋ ਪਾਣੀ ਚੋ ਇਲੈਕਟ੍ਰੋਲਾਈਸਿਸ ਕਰਕੇ, ਜੋ ਆਪਾਂ ਪੜ੍ਹਦੇ ਹੁੰਦੇ ਸੀ ਕੈਮਿਸਟਰੀ 'ਚ, ਵੀ ਜੀ ਜੀ ਪਾਣੀ ਚੋ ਜੇ ਅਸੀਂ ਪਾਵਰ ਬਣਾਈਏ, ਜਿਹਨੂੰ ਆਪਾਂ ਗ੍ਰੀਨ ਹਾਈਡਰੋਜਨ ਤੇ ਕਰਦਾ, ਮੈਨੂੰ ਲੱਗਦਾ ਗ੍ਰੀਨ ਹਾਈਡਰੋਜਨ ਤੇ ਜਿਹੜਾ ਟੂ ਵੀਲਰ ਈਵੀ, ਖਾਸ ਕਰ ਇਲੈਕਟ੍ਰਿਕ ਵਹੀਕਲ ਟੂ ਵੀਲਰ, ਆ ਦੋ ਚੀਜ਼ਾਂ ਜੀ ਇਹਦੇ ਵਿੱਚ ਬਹੁਤ ਵੱਡਾ, ਬਹੁਤ ਵੱਡੀ ਇੰਡਸਟਰੀ ਹੈ ਜੀ ਇਹਦੇ 'ਚ ਸਾਡਾ, ਦੇਖਾਂਗੇ ਜੀ। ਔਰ ਸਟੋਰੇਜ, ਸਟੋਰੇਜ ਵੀ ਮੈਂ ਗੱਲ ਕਹਿਣਾ ਚਾਹੁੰਦਾ, ਬਿਕੋਜ਼ ਤੁਸੀਂ ਦੇਖੋ ਅੱਜ ਤੁਸੀਂ ਸੋਲਰ ਨੂੰ ਯੂਜ਼ ਕਰਦੇ ਹੋ 24 ਘੰਟੇ 'ਚ, ਸਿਰਫ 8 ਘੰਟੇ। ਗ੍ਰੀਨ ਹਾਈਡਰੋਜਨ ਦੀ ਗੱਲ ਕਰੀਏ, ਈਵੀ ਦੀ ਗੱਲ ਕਰੀਏ, ਤੇ ਤੀਜਾ ਮੈਨੂੰ ਲੱਗਦਾ ਸਟੋਰੇਜ, ਬਿਕੋਜ਼ 24 ਘੰਟੇ ਤੁਸੀਂ ਦੇਖੋ ਨਾ ਬਾਈ ਜੀ, 8 ਘੰਟੇ ਤੁਸੀਂ ਸੋਲਰ ਲੈ ਸਕਦੇ ਹੋ, ਤੇ 16 ਘੰਟੇ ਜੇ ਜੇ ਇਹੋ ਜਿਹਾ ਕੋਈ ਸੋਲਿਊਸ਼ਨ ਮੈਂ ਤੁਹਾਨੂੰ ਆ ਕੇ ਦੱਸਾਂ ਕਿ ਵੀਰ ਜੀ ਤੁਸੀਂ ਸੋਲਰ ਲਾਓ, ਤੁਸੀਂ ਦਿਨ ਦੇ ਘਰ ਤਾਂ ਹੋਣਾ ਨਹੀਂ, ਦਿਨ ਵਿੱਚ ਤਾਂ ਤੁਸੀਂ ਆਪਦੇ ਆਪਦੇ ਕੰਮਾਂ 'ਚ ਸਾਰੇ ਕੰਮਾਂ ਬਿਜ਼ੀ ਤੇ ਹੁੰਦੇ ਆ, ਜੀ ਜੀ ਤੁਸੀਂ 8 ਘੰਟੇ ਜਿਹੜੀ ਸੂਰਜ ਤੋਂ ਬਿਜਲੀ ਨੂੰ ਸਟੋਰ ਕਰੋ, ਤੇ ਬਾਕੀ ਜਦੋਂ ਰਾਤ ਨੂੰ, ਕਿਉਂਕਿ ਪੀਕ ਲੋਡ ਰਾਤ ਨੂੰ ਆਉਂਦਾ, ਉਥੋਂ ਯੂਜ਼ ਕਰੋ, ਠੀਕ ਤੇ ਹੈ। ਇਹ ਤਾਂ ਗੇਮ ਚੇਂਜਰ ਹੋ ਗਿਆ ਨਾ ਜੀ ਹਾਂ ਲਾਈਫ ਵਿੱਚ। ਬਿਲਕੁਲ ਮਤਲਬ ਜੇ ਬਿਲਕੁਲ। ਤੁਸੀਂ ਵੈਸੇ ਜੇ ਦੇਖਿਆ ਜਾਏ ਤੇ ਬੈਟਰੀ ਸਟੋਰ ਕਰਕੇ ਲੀਥੀਅਮ ਆਇਨ ਬੈਟਰੀ ਤੋਂ, ਤੇ ਮੈਨੂੰ ਲੱਗਦਾ 3 ਚੀਜ਼ਾਂ 'ਚ ਬਹੁਤ ਡਿਸਰਪਸ਼ਨ ਹੋਊਗੀ, ਤੇ ਨੈਚੁਰਲੀ ਤੁਸੀਂ ਹਟੇਕ ਨੂੰ ਦੇਖੋਗੇ ਜੀ ਆ 3 'ਚ। ਮੈਂ ਵੀ ਬਹੁਤ ਬੁਲਿਸ਼ ਹਾਂ ਜੀ ਪਰਸਨਲੀ, ਮੈਨੂੰ ਲੱਗਦਾ ਵੀ ਨੈਕਸਟ ਜਿਹੜਾ ਅਸੀਂ ਗ੍ਰੀਨ ਹਾਈਡਰੋਜਨ ਵਿੱਚ ਡੈਫੀਨਿਟਲੀ ਐਂਟਰੀ ਕਰਾਂਗੇ, ਤੇ ਰੀਜਨ ਦੀ ਪਹਿਲੀ ਕੰਪਨੀ ਤਾਂ ਜ਼ਰੂਰ ਬਣਾਂਗੇ ਬਣਾਂਗੇ, ਕਿਉਂਕਿ ਪੂਰੇ ਰੀਜਨ 'ਚ ਕੋਈ ਗ੍ਰੀਨ ਹਾਈਡਰੋਜਨ ਹਾਲੇ ਤੱਕ ਪਿਆ ਨਹੀਂ ਹੈ, ਐਨਰਜੀ ਸਟੋਰੇਜ ਕੋਈ ਪਿਆ ਨਹੀਂ ਹਾਲੇ ਤੱਕ, ਤੇ ਉਹਦੇ 'ਚ ਵੀ ਪੂਰੇ ਰੀਜਨ ਨੂੰ ਪ੍ਰਾਊਡ ਕਰਾਂਗੇ ਜੀ ਜਦੋਂ ਜੀ ਲਵਾਂਗੇ। ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ ਜੀ ਜਦੋਂ ਐਂਟਰ ਕਰਾਂਗੇ। ਜ਼ਰੂਰ ਜ਼ਰੂਰ ਜੀ, ਜ਼ਰੂਰ ਜੀ, ਸ਼ੁਭਕਾਮਨਾਵਾਂ ਨੇ ਸਾਡੀਆਂ ਤੁਹਾਡੇ ਨਾਲ, ਤੇ ਬਹੁਤ ਬਹੁਤ ਧੰਨਵਾਦ ਸਿਮਰਪ੍ਰੀਤ ਜੀ ਸਾਡੇ ਨਾਲ ਤੁਸੀਂ ਜੁੜੇ, ਜਾਣਕਾਰੀ ਸਾਂਝੀ ਕੀਤੀ ਤੇ ਕਾਫੀ ਗੱਲਾਂ ਤੁਹਾਡੇ ਤੋਂ ਪਤਾ ਲੱਗੀਆਂ, ਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਤੁਸੀਂ ਵੱਡੇ ਕੰਮ ਕਰਦੇ ਜਾਓ। ਇੱਕ ਵੱਡਾ ਮਾਰਕਾ ਤੁਸੀਂ ਮਾਰ ਲਿਆ ਹੈ ਪਾਵਰ ਫੀਲਡ ਦੇ ਵਿੱਚ, ਇਸ 'ਚ ਕੋਈ ਸ਼ੱਕ ਨਹੀਂ। ਤੇ ਸੋ ਖਾਸ ਤੌਰ ਤੇ ਜਿਹੜੀ ਫਲੋਟਿੰਗ ਸੋਲਰ ਬਾਰੇ ਜਿਹੜੀ ਗੱਲ ਹੋ ਰਹੀ ਸੀਗੀ ਕਿ ਸੋਚਣ 'ਚ ਵੀ ਲੱਗਦਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ, ਪਰ ਇਹ ਕਿਵੇਂ ਕਰ ਦਿਖਾਇਆ, ਤੇ ਇੰਡੀਆ ਦੇ ਵਿੱਚ ਵੀ ਹੁਣ ਹਰਟੇਕ ਗਰੁੱਪ ਵਰਗੇ ਜਿਹੜੇ ਗਰੁੱਪਸ ਨੇ, ਸੋ ਇਹ ਕੰਮ ਕਰ ਰਹੇ ਨੇ ਤੇ ਇਮਪੋਸੀਬਲ ਨੂੰ ਵੀ ਪੋਸੀਬਲ ਕਰਦੇ ਨਜ਼ਰ ਆ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਟਾਰਗੇਟ ਮਿੱਥੇ ਹੋਏ ਨੇ ਪੂਰੇ ਦੇਸ਼ ਨੇ ਹੀ ਨੇ, ਇਹਦੇ ਵਿੱਚ ਸਾਰਿਆਂ ਨੇ ਯੋਗਦਾਨ ਪਾਉਣਾ ਹੈ। ਸੋ ਉਹਦੇ ਵਿੱਚ ਉਮੀਦ ਹੈ ਕਿ ਜਿਹੜੇ ਟਾਰਗੇਟ ਮਿੱਥੇ ਹੋਏ ਨੇ ਉਹ ਜਲਦੀ ਪੂਰੇ ਕਰਨ ਜਾ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ, ਤੇ ਫੇਰ ਮਿਲਾਂਗੇ ਇਸੇ ਤਰ੍ਹਾਂ ਦੀ ਚੰਗੀ ਚਰਚਾ ਜਿਹੜੀ ਹੈ ਉਹ ਆਪਣੀ ਜ਼ਰੂਰ ਜਾਰੀ ਰਹੂਗੀ। ਥੈਂਕ ਯੂ ਸੋ ਮਚ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੇ ਵਿਊਅਰਸ।